ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਨਵਜੀਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਇੱਕ ਪਾਸੇ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਹੋ ਰਹੀਆਂ ਐ ਪਾਰਟੀ ਵਿੱਚ ਕੁਝ ਵੀ ਸਹੀ ਨਹੀਂ ਚੱਲ ਰਿਹਾ ਤੇ ਦੂਸਰੇ ਪਾਸੇ ਭਾਜਪਾ ਵੱਲੋਂ ਵੀ ਮੰਥਨ ਕੀਤਾ ਜਾ ਰਿਹਾ ਹੈ ਕਰੋਨਾ ਵਾਇਰਸ ਦੀ ਇੱਕ ਹੋਰ ਵੈਕਸੀਨ ਆ ਚੁੱਕੀ ਹੈ ਕੇਂਦਰ ਸਰਕਾਰ ਨੇ ਪਤਾ ਲੱਗਿਆ ਕਿ ਪੈਸੇ ਵੀ ਦੇ ਦਿੱਤੇ ਐ ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਨਿੱਕਾ ਸਵਾਗਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਦਾ ਤੁਹਾਨੂੰ ਸਭ ਬਹੁਤ ਬਹੁਤ ਸਵਾਗਤ ਹੈ ਜੀ ਪਨੋ ਸਾਹਿਬ ਪੰਜਾਬ ਸਰਕਾਰ ਦੀ ਸਥਿਤੀ ਤੇ ਕਈ ਦਿਨਾਂ ਤੋਂ ਚਰਚਾ ਚੱਲਦੀ ਪਈ ਹੈ ਕਿ ਪਤਾ ਨਹੀਂ ਕੀ ਕੀ ਹੋ ਰਿਹਾ ਹੈ ਬੰਦੇ ਆ ਰਹੇ ਆ ਪਤਾ ਨਹੀਂ ਜਾਣਾ ਜਾਂ ਨਹੀਂ ਪਾਰਟੀ ਮੀਟਿੰਗਾਂ ਕਰ ਰਹੀ ਹੈ ਹਾਈ ਕਮਾਂਡ ਦੇ ਨਾਲ ਕੀ ਲੱਗਦਾ ਹੈ ਸਥਿਤੀ ਠੀਕ ਹੋ ਸਕਦੀ ਆ ਦੇਖੋ ਕੱਲ ਤੱਕ ਤੇ ਕੁਝ ਨਹੀਂ ਸੀ ਲੱਗਦਾ ਕਾਫੀ ਸੀ ਜੀ ਹੈ ਤਾਂ ਅਜੇ ਵੀ ਕਾਫੀ ਜੀ ਪਰ ਥੋੜੇ ਜਿਹਾ ਅੱਗੇ ਵਧ ਗਿਆ ਹੂੰ ਉਹ ਇਸ ਕਰਕੇ ਹੈ ਕਿ ਪਹਿਲਾਂ ਜਿੰਨੇ ਕੁ ਨਾਰਾਜ਼ ਸੀ ਉਹਨਾਂ ਸਾਰਿਆਂ ਨੂੰ ਵਾਰੀ-ਵਾਰੀ 3 ਮੈਂਬਰੀ ਕਮੇਟੀ ਨੇ ਸੁਣ ਲਿਆ ਜੀ ਸਭ ਤੋਂ ਅਖੀਰ ਤੇ ਸੁਣਿਆ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਬੰਦਾ ਸਭ ਤੋਂ ਅਖੀਰ ਤੇ ਗਿਆ ਉਹਦੇ ਕੋਲ ਉਹਨਾਂ ਨੇ ਇਤਰਾਜ਼ ਰੱਖੇ ਹੋਣਗੇ ਤੋਂ ਬਾਰੇ ਆਹ ਕਹਿੰਦੇ ਆਹ ਕਹਿੰਦੇ ਆਹ ਕਹਿੰਦੇ ਤੇ ਆਹ ਕਹਿੰਦੇ ਜੀ ਇਹਨੇ ਉਹਨਾਂ ਇਤਰਾਜ਼ਾਂ ਦਾ ਜਵਾਬ ਦੇ ਕੇ ਕਿਹਾ ਹੋਊਗਾ ਕਿ ਉਹਨਾਂ ਬਾਰੇ ਮੈਂ ਆਹ ਕਹਿੰਦਾ ਤੇ ਆਹ ਕਹਿੰਦਾ ਜਿਹੜੇ ਉਹਨਾਂ ਇਤਰਾਜ਼ ਲਾਏ ਉਹਦੇ ਜਵਾਬ ਤੇ ਕੈਪਟਨ ਅਮਰਿੰਦਰ ਸਿੰਘ ਨੇ ਦੇ ਦਿੱਤੇ ਜਿਹੜਾ ਵਾਪਸੀ ਗੋਲਾ ਦਾਗਿਆ ਕੈਪਟਨ ਅਮਰਿੰਦਰ ਸਿੰਘ ਨੇ ਉਹਦਾ ਜਵਾਬ ਕੌਣ ਦੇਉ ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੁਣਨ ਤੋਂ ਬਾਅਦ ਕਾਰਵਾਈ ਖਤਮ ਕਰਤੀ ਜੀ ਇਹਦਾ ਮਤਲਬ ਜੋ ਇਹਨੇ ਆਖਿਆ ਉਹਦਾ ਜਵਾਬ ਦੇਣ ਦਾ ਤੇ ਦੂਜਾ ਨੂੰ ਮੌਕਾ ਹੀ ਨਹੀਂ ਮਿਲਣਾ ਬਿਲਕੁਲ ਜਿਹੜਾ ਅਖੀਰਲਾ ਗੋਲਾ ਦਾਗਿਆ ਗਿਆ ਅਸਰ ਉਹਦਾ ਰਹਿ ਜਾਣਾ ਪਹਿਲੀਆਂ ਦੀਆਂ ਗੱਲਾਂ ਅੱਧ ਵਿਚਾਲੇ ਚਲ ਜਾਣੀਆਂ ਆਖਰੀ ਗੱਲ ਜਿਹੜੀ ਕਹੀ ਗਈ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤੀ ਉਹਦਾ ਅਸਰ ਕਾਫੀ ਵੱਡਾ ਪੈ ਜਾਣਾ ਉਹ ਜਾਣਗੇ ਸੋਨੀਆ ਗਾਂਧੀ ਤੇ ਉਹਦੇ ਦੋ ਬੱਚਿਆਂ ਕੋਲ ਜੀ ਉਹਨਾਂ ਨੇ ਬੈਠ ਕੇ ਦੀ ਗੱਲ ਕਰਨਗੇ ਜੀ ਆ ਕੁਛ ਹੋਇਆ ਅੰਤ ਨੂੰ ਸਿੱਟਾ ਕੀ ਨਿਕਲੂ ਐਸ ਪੜਾ ਦੇ ਉੱਤੇ ਜਾ ਕੇ ਕੋਈ ਇਹ ਜੇ ਅੰਦਾਜ਼ਾ ਲਾਵੇ ਕਿ ਕੈਪਟਨ ਅਮਰਿੰਦਰ ਸਿੰਘ ਬਦਲ ਦਿੱਤਾ ਜਾਊਗਾ ਮੇਰੇ ਮਨ ਵਿੱਚ ਨਹੀਂ ਆਉਂਦਾ ਜੀ ਮੁੱਖ ਮੰਤਰੀ ਉਹਨਾਂ ਨੇ ਨਹੀਂ ਬਦਲਣਾ ਇੱਕ ਚਰਚਾ ਚੱਲਦੀ ਹੈ ਕਿ ਉਹਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਲਾਤੇ ਜਾਣ ਜੀ ਮੈਂ ਕਹਿੰਦਾ ਦੋ ਛੱਡ ਕੇ ਜੇ ਇੱਕ ਵੀ ਲਾਉਣਾ ਹੋਵੇ ਤੇ ਉਹਦੀ ਸੰਭਾਵਨਾ ਬਹੁਤੀ ਨਹੀਂ ਕਿਉਂਕਿ ਪਿਛਲਾ ਤਜਰਬਾ ਫੇਲ ਹਰਚਰਨ ਸਿੰਘ ਬਰਾੜ ਦੇ ਨਾਲ ਡਿਪਟੀ ਮੁੱਖ ਮੰਤਰੀ ਲਾਇਆ ਸੀ ਬੀਬੀ ਰਜਿੰਦਰਕੌਰ ਪੱਠਣ ਨੂੰ ਜੀ ਦੋਵੇਂ ਮਿਲ ਕੇ ਨਹੀਂ ਸੀ ਚੱਲ ਸਕੇ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਦੇ ਵੇਲੇ ਬੀਬੀ ਪੱਠਣ ਨੂੰ ਨਾਲ ਡਿਪਟੀ ਮੁੱਖ ਮੰਤਰੀ ਲਾਇਆ ਗਿਆ ਦੋਵੇਂ ਮਿਲ ਕੇ ਨਹੀਂ ਸੀ ਚੱਲ ਸਕੇ ਤੇ ਇਸ ਬਾਰੇ ਜਦੋਂ ਸਾਰੀ ਲੜਾਈ ਸਿਖਰ ਤੇ ਪਹੁੰਚੀ ਹੈ ਇਹ ਬਿਆਨ ਬੀਬੀ ਰਜਿੰਦਰਕੌਰ ਪੱਠਣ ਦਾ ਹੀ ਆਇਆ ਐਵੇਂ ਕਹੀ ਜਾਂਦੇ ਕਾਂਗਰਸ ਵਿੱਚ ਲੜਾਈ ਲੜਾਈ ਤੇ ਹੈ ਹੀ ਕੋਈ ਨਹੀਂ ਪત્રਕਾਰਾਂ ਨੇ ਅਖਾਜੀ ਨਵਜੋਤ ਸਿੰਘ ਸਿੱਧੂ ਨਰਾਜ ਕਦੇ ਨਰਾਜਗੀ ਹੈ ਪਿਓ ਪੱਤ ਕਦੇ ਨਰਾਜਗੀ ਹੁੰਦੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੋਵੇਂ ਪਿਓ ਪੁੱਤਰ ਵਾਂਗ ਨਹੀਂ ਇਹਨਾਂ ਦੀ ਕੋਈ ਨਰਾਜਗੀ ਨਹੀਂ ਮਾੜਾ ਮੋਟਾ ਗੁੱਸਾਗਲਾ ਜਿਹਾ ਹੁੰਦਾ ਜੀ ਬੀਬੀ ਪੱਠਰ ਇਹ ਬਿਆਨ ਐਵੇਂ ਨਹੀਂ ਦੇ ਸਕਦੇ ਹਮ ਮਾਫ ਕਰਨਾ ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਤੋਂ ਪੰਜਾਬ ਕਾਂਗਰਸ ਦੀ ਰਾਜਨੀਤੀ ਚ ਸਿਖਰ ਲਿਆਂ ਵਿੱਚ ਆਹੋ ਜੀ ਕਿਸੇ ਨੇ ਕਿਸੇ ਰੂਪ ਚ ਇੱਕ ਵਾਰੀ ਮੁੱਖ ਮੰਤਰੀ ਵੀ ਰਹਿ ਚੁੱਕੀ ਐ ਦੋ ਵਾਰੀ ਡਿਪਟੀ ਮੁੱਖ ਮੰਤਰੀ ਵੀ ਰਹਿ ਚੁੱਕੀ ਐ ਪਲੈਨਿੰਗ ਕਮਿਸ਼ਨ ਦੀ ਮੁਖੀ ਵੀ ਇਹਦੀ ਰਹਿ ਚੁੱਕੀ ਐ ਪੰਜਾਬ ਦੇ ਪਲੈਨਿੰਗ ਬੋਰਡ ਦੀ ਉਹਦਾ ਇਹ ਕਹਿਣਾ ਕਿ ਕੋਈ ਲੜਾਈ ਨਹੀਂ ਤੇ ਇਹ ਤੇ ਪਿਓ ਪੁੱਤ ਵਾਲੀ ਗੱਲ ਇਹਦਾ ਮਤਲਬ ਇਹ ਆ ਕਿ ਕੁਝ ਨਾ ਕੁਝ ਇਸ਼ਾਰਾ ਉਹਨੂੰ ਮਿਲ ਗਿਆ ਜਿਹੜੇ ਬੰਦੇ ਬਹੁਤ ਤਗੜੀ ਬੜਕ ਮਾਰਦੇ ਸੀ ਅਸੀਂ ਆਹ ਕਰ ਦੇਣਾ ਉਹ ਕਰ ਦੇਣਾ ਉਹ ਕੱਲ ਜਿੱਦਾਂ ਢਿੱਲੇ ਪਿੰਦੇ ਪਏ ਆ ਸੁਖਪਾਲ ਸਿੰਘ ਖੈਰਾ ਵੀ ਗਰਦ ਜਾਣ ਨਾਲ ਨਹੀਂ ਢਿੱਲੇ ਪਏ ਉਹ ਜੀ ਇਹ ਮਤਸਖ ਪਾਸੋ ਖੈਰਾ ਸਮਝੇ ਕਿ ਮੈਂ ਆਇਆ ਤੇ ਓਟਲੇ ਪੈ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਲਟਣ ਵੱਡੀ ਹੋ ਗਈ ਆ ਇਹ ਤਾਂ ਨਹੀਂ ਬਿਲਕੁਲ ਪਿਆ ਕਿਉਂਕਿ ਉਹਨਾਂ ਨੂੰ ਇਹ ਆ ਕਿ ਅੱਜ ਆਇਆ ਭਲਕੇ ਚੱਲੇਗਾ ਕੋਈ ਗੱਲ ਨਹੀਂ ਜੀ ਉਹ ਜਿਹੜੀ ਗੱਲ ਹੈ ਅੰਦਰ ਦੀ ਸਥਿਤੀ ਜੋ ਬਾਹਰ ਆਉਂਦੀ ਪਈ ਆ ਉਹ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕੁਝ ਹੈ ਉਹ ਕੀ ਹੈ ਪਤਾ ਨਹੀਂ ਪਰ ਕੁਝ ਹੈ ਜਿਹਦਾ ਅਸਰ ਪੈ ਰਿਹਾ ਜੀ ਕੁਝ ਹੈ ਤੇ ਅੱਗੇ ਵੱਲ ਫੇਰੀ ਵਧਣਗੇ ਪੰਨ ਸਾਹਿਬ ਭਾਰਤ ਸਰਕਾਰ ਵੱਲੋਂ ਕਰੋਨਾ ਵਾਇਰਸ ਦੀ ਇੱਕ ਹੋਰ ਵੈਕਸੀਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਈਆਂ ਦੇ ਉੱਪਰ ਅਜੇ ਟ੍ਰਾਇਲ ਚੱਲਦਾ ਵੀ ਹੈ ਪਤਾ ਲੱਗਾ ਕੁਝ ਪੈਸੇ ਵੀ ਦਿੱਤੇ ਆ ਕੀ ਕਹਾਣੀ ਪੂਰੀ ਅ ਪੈਸੇ ਅਜੇ ਪੇ ਕੀਤੇ ਕਿਨੇ ਕੀਤੇ ਪਰ ਸਮਝੌਤਾ ਹੋ ਗਿਆ 1500 ਕਰੋੜ ਰੁਪਏ ਭਾਰਤ ਸਰਕਾਰ ਦੇਵੇਗੀ ਜੀ ਤੇਲੰਗਾਨਾ ਦੇ ਰਾਜਤਾ ਨੇ ਹైదరాబాద్ ਦੇ ਵਿੱਚੋਂ ਚੱਲਦੀ ਕੰਪਨੀ ਆ ਉਹ ਕੰਪਨੀ ਅ ਸ਼ਾਇਦ 30 ਲੱਖ 30 ਕਰੋੜ ਜਿਹੜੀਆਂ ਟੈਬਲੇਟਸ ਉਹ ਦੇਵੇਗੀ ਐ ਵੈਕਸੀਨ ਦੇਵੇਗੀ ਜੀ ਵੈਕਸੀਨ ਇੰਨੀਆਂ ਵੈਕਸੀਨ ਲਵੇਗੀ ਭਾਰਤ ਸਰਕਾਰ ਤੇ ਅੱਗੇ ਲਾਵੇਗੀ ਹੁਣ ਵੈਕਸੀਨ ਪਹਿਲਾਂ ਸਾਰੇ ਕੋਲ ਕੋਵਾ ਸ਼ੀਲਡ ਸੀ ਜਿਹੜੀ ਆਸਟਰਾ ਜ਼ੇਨਿਕਲ ਨਾਲ ਮਿਲ ਕੇ ਬਣਾਈ ਆ ਜੀ ਸੀਰਮ ਇੰਸਟੀਚਿਊਟ ਨੇ ਇੱਕ ਭਾਰਤ ਬਾਇਓਟੈਕ ਦੀ ਕੋਵੈਕਸਿਨ ਸੀ ਹੂੰ ਫਿਰ ਸਪੂਤਨਿਕ ਵੀ ਰੂਸ ਬਣਾ ਤੋਂ ਵੀ ਲੈ ਲਈ ਜੀ ਅਮਰੀਕਾ ਦੀ ਫਾਈਜ਼ਰ ਵੀ ਆਉਣ ਲੱਗੀ ਆ ਹੁਣ ਇਹ ਵੀ ਆ ਜਾਗੇ ਇਨਾ ਚੋ ਕਿਸੇ ਦਾ ਅਸਰ ਵੱਧ ਕਿਸੇ ਦਾ ਘੱਟ ਕੁਝ ਨਾ ਕੁਝ ਫਰਕ ਤਾਂ ਹੈ ਜੇ ਫਰਕ ਨਾ ਹੋਵੇ ਜੀ ਇਹ ਕਿਉਂ ਕਹਿੰਦੇ ਆ ਕਿ ਜਿਹੜੀ ਕੋਵਾਸ਼ੀਲ ਡੀਆ 84 ਦਿਨਾਂ ਬਾਅਦ ਦੂਸਰੀ ਡੋਜ਼ ਲਾਉਣੀ ਹੈ ਤੇ ਕੋਵੈਕਸਿਨ ਦੀ 1 ਕੋ ਮਹੀਨੇ ਬਾਅਦ ਦੂਸਰੀ ਲਾਉਣੀ ਪੈਣੀ ਹੈ ਜੀ ਕੁਝ ਫਰਕ ਤਾਂ ਹੈ ਪਰ ਜਿਹੜੀ ਗੱਲ ਨੋਟ ਕਰਨ ਵਾਲੀ ਹੋਏ ਕਿ ਕਿਸੇ ਨੇ ਕੋਵਾਸ਼ੀਲ ਦਵਾਈ ਕਿਸੇ ਨੇ ਕੋਵੈਕਸਿਨ ਦਵਾਈ ਅਮਰੀਕਾ ਵਾਲੇ ਵੀ ਉਹ ਕਹਿੰਦੇ ਆ ਬ੍ਰਿਟਾਨੀਆ ਵਾਲੇ ਤੇ ਭਾਰਤ ਵਾਲੇ ਵੀ ਉਹ ਕਹਿੰਦੇ ਆ ਕਿ ਇਹ ਨਾ ਸਮਝੋ ਕਿ ਇਹ ਵੈਕਸੀਨ ਲੱਗ ਗਈ ਤੇ ਮੁੜ ਕੇ ਤੁਹਾਨੂੰ ਕਰੋਨਾ ਦੇ ਇਨਫੈਕਸ਼ਨ ਹੋਣੀ ਨਹੀਂ ਜੀ ਇਨਫੈਕਸ਼ਨ ਫੇਰ ਵੀ ਹੋ ਸਕਦੀ ਹੈ ਬਿਲਕੁਲ ਪਰ ਜਿਹੜੀ ਗੱਲ ਦੀ ਗਰੰਟੀ ਹੋਏ ਕਿ ਫੇਰ ਜੇ ਇਹ ਵੈਕਸੀਨ ਲੱਗੀ ਹੋਵੇ ਤੇ ਫਿਰ ਇਨਫੈਕਸ਼ਨ ਜਾਨ ਨਹੀਂ ਲੈ ਸਕਦੀ ਹੁਣੇ-ਹੁਣੇ ਮੈਂ ਪੜਦਾ ਹਟਿਆ ਰਿਪੋਰਟ ਸਾਰੀਆਂ ਉਹਨਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਪਿਛਲੇ ਮਹੀਨੇ ਦੀਆਂ ਰਿਪੋਰਟਸ ਲੈ ਕੇ ਉਹਨਾਂ ਨੇ ਜਾਰੀ ਕੀਤੀਆਂ ਨੇ ਜੀ ਕਿ 63 ਕੇਸ ਹੋ ਆ ਲੱਖਾਂ ਦੀ ਗਿਣਤੀ ਚ ਦਵਾਈ ਦਿੱਤੀ ਗਈ ਵੈਕਸੀਨ ਦਿੱਤੀ ਗਈ ਪਰ ਸਿਰਫ 63 ਕੇਸ ਹੋ ਨਿਕਲੇ ਆ ਜਿਨ੍ਹਾਂ ਦੇ ਵਿੱਚ ਉਹ ਕਹਿੰਦੇ ਕਿ ਵੈਕਸੀਨ ਲੱਗਣ ਤੋਂ ਬਾਅਦ ਉਹਨਾਂ ਨੂੰ ਕਰੋਨਾ ਇਨਫੈਕਸ਼ਨ ਹੋਈ ਹੈ ਜੀ ਉਹਨਾਂ ਚੋਂ 36 ਕੇਸ ਹੋ ਆ ਜਿਨ੍ਹਾਂ ਨੂੰ ਡਬਲ ਡੋਜ਼ ਲੱਗ ਚੁੱਕੀ ਸੀ ਦੋਵੇਂ ਵੈਕਸੀਨ ਲੱਗ ਚੁੱਕੇ 27 ਕੇਸ ਹੋ ਆ ਜਿਨ੍ਹਾਂ ਨੂੰ ਅਜੀ ਕੋ ਲੱਗੀ ਸੀ ਜੀ ਇਹਨਾਂ ਚੋਂ 10 ਕੇਸ ਹੋ ਆ ਜਿਨ੍ਹਾਂ ਨੂੰ ਕੋਵਾਸ਼ੀਲਡ ਲੱਗੀ ਸੀ 53 ਕੇਸ ਹੈ ਜਿਨਾਂ ਨੂੰ ਕੋਵੈਕਸਨ ਲੱਗੇ ਸੀ ਇਨਫੈਕਸ਼ਨ ਹੋ ਗਈ ਪਰ ਜੇ ਨੋਟ ਕਰਨ ਵਾਲੀ ਗੱਲ ਉਹ ਏ ਕਿ ਇਹਨਾਂ 53 68ਾਂ ਦੇ ਵਿੱਚੋਂ ਇੱਕ ਦੀ ਵੀ ਮੌਤ ਨਹੀਂ ਹੋਈ ਕਿਉਂਕਿ ਇਹਨਾਂ ਦੇ ਅੰਦਰ ਐਂਟੀਬਾਡੀਜ਼ ਉਸ ਵੈਕਸੀਨ ਦੇ ਨਾਲ ਬਣ ਚੁੱਕੀਆਂ ਸਨ ਜੀ ਉਸ ਵੈਕਸੀਨ ਦੇ ਨਾਲ ਜਿਹਦੇ ਬਾਰੇ ਇਹਨਾਂ ਖਿਲਾਫ ਪ੍ਰਚਾਰ ਹੁੰਦਾ ਰਿਹਾ ਕਈ ਕਿਸਮ ਦੀਆਂ ਗੱਲਾਂ ਲੋਕਾਂ 'ਚ ਪ੍ਰਚਾਰੀਆਂ ਗਈਆਂ ਉਸ ਵੈਕਸੀਨ ਦੇ ਨਾਲ ਸਰੀਰ ਦੇ ਵਿੱਚ ਇਮਿਊਨ ਸਿਸਟਮ ਇਹਨਾਂ ਮਜ਼ਬੂਤ ਹੋ ਜਾਂਦਾ ਕਿ ਇਨਫੈਕਸ਼ਨ ਹੋਵੇ ਵੀ ਵੀਰ ਹੁੰਦੀ ਰਿਹਾ ਕੋਈ ਗੱਲ ਨਹੀਂ ਬੰਦੇ ਦੀ ਮੌਤ ਨਹੀਂ ਹੋ ਰਹੀ ਇਹ ਗੱਲ ਅਮਰੀਕਾ ਵਾਲੇ ਵੀ ਕਹਿ ਰਹੇ ਕਿ ਉਹਨਾਂ ਦੇ ਸਟੱਡੀ ਚ ਨਿਕਲੀ ਆ ਤੇ ਉਹਨੂੰ ਭਾਰਤ ਦੇ ਇਹਨਾਂ 36 ਕਸਾਂ ਵਿੱਚ ਵੀ ਸਾਬਤ ਹੋ ਗਈ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਕਰੋਨਾ ਇਨਫੈਕਸ਼ਨ ਤਾਂ ਹੋ ਸਕਦੀ ਹੈ ਮੌਤ ਨਹੀਂ ਹੋ ਸਕਦੀ ਇਹ ਗੱਲ ਭਰੋਸਾ ਬਣਾਉਂਦੀ ਹੈ ਕਿ ਉਹ ਨਵੀਂ ਕੰਪਨੀ ਦੀ ਵੀ ਦੇਸੀ ਲੈ ਆਉਣ ਵੈਕਸੀਨ ਜੀ ਆਪਣੀਆਂ ਪਹਿਲੀਆਂ ਵੀ ਹੈਗੀਆਂ ਰੂਸ ਵਾਲੀਆਂ ਵੀ ਨੇ ਪਰ ਵੈਕਸੀਨ ਇਸ ਤਰ੍ਹਾਂ ਦਾ ਇੱਕ ਤੁਹਾਡੇ ਕੋਲ ਕਵਚ ਹੈ ਉਹ ਜੀ ਤੁਹਾਡੇ ਕੋਲ ਬੁਲੇਟ ਪ੍ਰੂਫ ਜੈਕਟ ਹੈ ਜਿਹਦੇ ਤੋਂ ਬਾਅਦ ਕਰੋਨਾ ਤੁਹਾਨੂੰ ਸ਼ਾਇਦ ਬਾਹਰ ਨਹੀਂ ਸਕੂਗਾ। ਫਿਰ ਸਰ ਚੰਗੀ ਗੱਲ ਹੈ ਉਹ ਬਹੁਤ ਸਾਰੇ ਲੋਕ ਜਿਹੜੇ ਅਜੇ ਵੀ ਡਰਦੇ ਆ ਜਿਨ੍ਹਾਂ ਦੇ ਮਨਾਂ ਵਿੱਚ ਡਰ ਹੈ ਲਗਵਾ ਲੈਣੀ ਚਾਹੀਦੀ। ਉਹ ਡਰਦੇ ਨਹੀਂ ਕਿ ਉਹਨਾਂ ਨੂੰ ਡਰਾਇਆ ਜਾਂਦਾ। ਉੱਥੇ ਕਈ ਇਹੋ ਜਿਹੇ ਲੋਕ ਪਿੰਡਾਂ 'ਚ ਬੈਠੇ ਆ ਜਿਨ੍ਹਾਂ ਨੇ ਆਪ ਟੀਕੇ ਲਵਾ ਲਏ ਲੋਕਾਂ ਨੂੰ ਡਰਾਈ ਜਾਂਦੇ ਆ। ਇੱਥੇ ਤਾਂ ਧਾਰਮਿਕ ਪੁਰਸ਼ ਨੇ ਜੀ ਦੋ-ਦੋ ਟੀਕੇ ਲਵਾ ਕੇ ਆਪ ਅਮਰੀਕਾ ਤੱਕ ਜਾ ਕੇ ਤੇ ਸਾਰਾ ਵੀ ਕਰ ਰਹੇ ਨੇ ਪ੍ਰਚਾਰ ਵੀ ਕਰ ਰਹੇ ਨੇ ਹੋਰ ਕੀ ਕਰਕੇ ਆਵੇਂ ਉੱਥੇ ਜਾਂਦਾ ਨਹੀਂ ਜੀ ਪਰ ਲੋਕਾਂ ਨੂੰ ਇਹ ਕਹਿੰਦੇ ਸੀ ਕਰੋਨਾ ਕੋਈ ਬਿਮਾਰੀ ਨਹੀਂ ਤੇ ਜੇ ਬਿਮਾਰੀ ਨਹੀਂ ਤੇ ਆਪ ਟੀਕੇ ਲਵਾ ਕੇ ਬਾਹਰ ਤੱਕ ਕਿਉਂ ਗਏ ਜੀ ਇਹੋ ਜੇ ਬਹੁਤ ਲੋਕ ਨੇ ਹੁਣ ਸਮਾਜਵਾਦੀ ਪਾਰਟੀ ਦੇ ਦੋ ਪਾਰਲੀਮੈਂਟ ਮੈਂਬਰਾਂ ਦੀ ਅੱਜ ਖਬਰ ਆਈ ਹੈ ਉੱਤਰ ਪ੍ਰਦੇਸ਼ ਨੇ ਉਹ ਦੋਵੇਂ ਕਹਿੰਦੇ ਜੀ ਇਹਨਾਂ ਸਰਕਾਰਾਂ ਨੇ ਰਾਜਨੀਤਿਕ ਲੀਡਰਾਂ ਨੇ ਪਾਪ ਪੜੇ ਕੀਤੇ ਇਸ ਕਰਕੇ ਕਰੋਨਾ ਕਰੋਨਾ ਤੇ ਕੋਈ ਬਿਮਾਰੀ ਨਹੀਂ ਗਈ ਇਸ ਕਰਕੇ ਦਾ ਇਲਾਜ ਕਰਨ ਦੀ ਲੋੜ ਨਹੀਂ ਬਿਮਾਰੀ ਹੁੰਦੀ ਤੇ ਇਲਾਜ ਲੱਭ ਜਾਂਦਾ ਜੀ ਇਹ ਤਾਂ ਪਾਪਾਂ ਦਾ ਨਤੀਜਾ ਪਰ ਅੱਜ ਹੀ ਖਬਰੇ ਆ ਗਈ ਹੈ ਕਿ ਉਹਨਾਂ ਚੋਂ ਇੱਕ ਜਣਾ ਪਾਰਲੀਮੈਂਟ ਮੈਂਬਰ ਇਹੋ ਜਿਹਾ ਜਿਹੜਾ ਲੋਕਾਂ ਨੂੰ ਕਹਿੰਦਾ ਕਿ ਅੱਲਾਹ ਅੱਲਾਹ ਕਰੋ ਤੇ ਤੁਹਾਨੂੰ ਕਰੋਨਾ ਕਹਿੰਦਾ ਕੁਛ ਨਹੀਂ ਆਪ ਦੋਵੇਂ ਵੈਕਸੀਨ ਲਵਾਈ ਬੈਠਾ ਆਪ ਲਵਾ ਲੀਆਂ ਨੇ ਪਾਰਲੀਮੈਂਟ ਮੈਂਬਰ ਨੇ ਲੋਕਾਂ ਨੂੰ ਕਹਿੰਦਾ ਕੁਛ ਕਰਨ ਦੀ ਲੋੜ ਹੀ ਨਹੀਂ ਐ ਕੋਈ ਬਿਮਾਰੀ ਨਹੀਂ ਅੱਲਾ ਦਾ ਨਾਮ ਲਓ ਬੰਦਗੀ ਕਰੋ ਉਹਦੇ ਕੋਲੋਂ ਪਨਾ ਬਖਸ਼ਾਓ ਤੁਸੀਂ ਵੈਸੇ ਹੀ ਠੀਕ ਹੋ ਜਾਣਾ ਇਹ ਬਾਕੀਆਂ ਨੂੰ ਹੁੱਕਾ ਦੇਣਾ ਹੋਰ ਗੱਲ ਹੁੰਦੀ ਆ ਆਪ ਕਿੱਥੇ ਖੜੇ ਇਹ ਦੱਸਣਾ ਚਾਹੀਦਾ ਕੁੱਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਕਿ ਵੈਕਸੀਨ ਲਗਵਾ ਲੈਣੀ ਚਾਹੀਦੀ ਸਰਬ ਭਾਜਪਾ ਪਾਰਟੀ ਵਿੱਚ ਵੀ ਬਹੁਤ ਕੁਝ ਚੱਲਦਾ ਪਿਆ ਉਹ ਵੀ ਮੀਟਿੰਗਾਂ ਕਰਨ ਲੱਗੀ ਆ ਜੇਪੀ ਨੱਡਾ ਨੇ ਵੀ ਮੀਟਿੰਗ ਹੁਣ ਸੱਦ ਲਈ ਆ 2022 ਦੀਆਂ ਚੋਣਾਂ ਫਿਰ ਗਰਾਊਂਡ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਆ ਦੇਖੋ ਮੈਂ ਜਿਹੜੀ ਗੱਲ ਪੰਜਾਬ ਕਾਂਗਰਸ ਦੇ ਕ੍ਰਾਈਸਿਸ ਦੀ ਗੱਲ ਕਰਦਿਆਂ ਨਹੀਂ ਆਖੀ ਹੁਣ ਮੈਂ ਕਹਿ ਦਿੰਨਾ ਜੀ ਜੇਪੀ ਨੱਡਾ ਦੀ ਅੱਜ ਦੀ ਮੀਟਿੰਗ ਜਿਹਦੇ ਵਿੱਚ ਉੱਤਰ ਪ੍ਰਦੇਸ਼ ਉਤਰਾਖੰਡ ਮਨੀਪੁਰ ਗੁਆ ਤੇ ਨਾਲ ਪੰਜਵਾਂ ਪੰਜਾਬ ਜੀ ਇਹਨਾਂ ਪੰਜਾਂ ਦੀ ਰਣਨੀਤੀ ਡਿਸਕਸ ਕੀਤੀ ਗਈ ਆ ਉਹ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੱਲ੍ਹ ਸ਼ਾਮ ਦੀ ਇਹ ਚਰਚਾ ਪੰਜਾਬ ਵਿੱਚ ਵੀ ਚੱਲ ਰਹੀ ਆ ਬਾਹਰ ਵੀ ਚੱਲ ਰਹੀ ਆ ਕਿ 2022 ਤੱਕ ਕਿਸੇ ਨੇ ਵਿਧਾਨ ਸਭਾ ਚੋਣਾਂ ਡੇਕਣੀਆਂ ਨਹੀਂ ਜੀ ਇਹ ਹੋ ਸਕਦਾ ਕਿ ਪੰਜਾਬ ਦੀ ਵਿਧਾਨ ਸਭਾ ਪਹਿਲਾਂ ਟੜਵਾਲੀ ਜਾਵੇ ਪੰਜਾਬ 'ਚ ਚੋਣਾਂ ਪਹਿਲਾਂ ਕਰਾ ਲੀਆਂ ਜਾਣ ਬਾਕੀਆਂ ਦੇ ਵੜਕਣ ਤੇ ਜਿਹੜੇ ਵਿਰੋਧੀ ਧਿਰ ਵਾਲੇ ਆ ਉਹਨਾਂ ਦੇ ਆਪਣੇ ਪੈਰਾਂ 'ਸਿਰ ਖੜੇ ਹੋਣ ਤੋਂ ਪਹਿਲਾਂ ਪਹਿਲਾਂ ਕੰਮ ਕਰਤਾ ਜਾਵੇ ਇਹ ਵੀ ਹੋ ਸਕਦਾ ਕਿ ਅਗਲੇ ਮਹੀਨੇ ਦੇ ਵਿੱਚ ਵਿੱਚ ਬਿਆਦਵੀ ਕਾਂਡ ਜਿਹੜਾ ਉਹਦੀ ਰਿਪੋਰਟ ਸਾਹਮਣੇ ਆ ਜਾਵੇ ਬਾਬਲਕਲਾਂ ਤੇ ਕੋਟਕਪੂਰਾ ਦੀ ਰਿਪੋਰਟ ਸਾਹਮਣੇ ਆ ਜਾਵੇ ਤੇ ਜਿੰਨੇ ਚਿਰ ਉਹਨਾਂ ਰਿਪੋਰਟਾਂ ਦੇ ਉੱਤੇ ਕੁਝ ਹੋਣਾ ਜੀ ਉਸ ਤੋਂ ਪਹਿਲਾਂ ਪਹਿਲਾਂ ਚੋਣਾਂ ਦਾ ਐਲਾਨ ਹੋ ਜਾਏ ਪਰ ਅਸੀਂ ਕੋਈ ਜੋਤਸੀ ਤਾਂ ਨਹੀਂ ਨਾ ਵੀ ਅਸੀਂ ਹੁਣ ਜਿਆ ਕੋਈ ਅੰਦਾਜ਼ਾ ਪੇਸ਼ ਕਰਦੀ। ਇਹ ਉਹ ਗੱਲਾਂ ਨੇ ਜਿਹੜੀਆਂ ਚੰਡੀਗੜ੍ਹ ਦੀ ਰਾਜਨੀਤੀ ਦੇ ਵਿੱਚ ਉੱਤੇ ਉੱਤੇ ਤਰਦੀਆਂ ਪਈਆਂ ਉੱਤੇ ਉੱਤੇ। ਜੀ। ਤੇ ਜੇ ਸੱਚੀ ਮੁੱੱਚ ਇਹ ਹੋ ਗਿਆ। ਤੇ ਫਿਰ ਜਿਹੜਾ ਹੋਣ ਵਾਲਾ ਨਕਸ਼ਾ ਬਣਦਾ ਪਿਆ। ਇਹ ਬਣਦਾ ਪਿਆ ਰਹਿ ਜਾਣਾ ਤੇ ਜੋ ਬਣਿਆ ਪਿਆ ਐਸ ਵੇਲੇ ਜਿਹੜੀ ਸਥਿਤੀ ਆ। ਫਿਰ ਚੋਣਾ ਉਹਦੇ ਚੋਣੀਆਂ। ਹੂੰ। ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ 15 ਦਿਨ ਪਹਿਲਾਂ 13-13 ਕਰੋੜ ਰੁਪਏ ਸਾਰੇ ਵਿਧਾਇਕਾਂ ਨੂੰ ਦਿੱਤੇ ਤੇ ਆਖਿਆ ਆਪੋ ਆਪਣੇ ਪੈਂਡਿੰਗ ਕੰਮ ਨਿਪਟਾ ਲਓ ਐਵੇਂ ਨਹੀਂ ਆਖਿਆ ਇਹਦੇ ਪਿਛੇ ਇੱਕ ਖੇਡ ਜਾਂਦੀ ਆ ਜੀ ਉਹ ਖੇਡ ਵੀ ਹੋ ਸਕਦੀ ਆ ਹੁਣ ਜੇਪੀ ਨੱਡਾ ਨੇ ਜਿਹੜੀ ਅੱਜ ਮੀਟਿੰਗ ਰਚੀ ਉਹਦਾ ਪੰਜਾਬ ਨਾਲ ਸੰਬੰਧ ਘਟਿਆ ਵੈਸੇ ਪੰਜਾਬ ਨਾਲ ਵੀ ਆ ਜੀ ਪਰ ਪੰਜਾਬ ਨਾਲ ਘਟਿਆ ਬਹੁਤਾ ਸੰਬੰਧ ਯੂਪੀ ਨਾਲ ਉੱਥੇ ਭਾਜਪਾ ਦੇ ਲੀਡਰ ਹੀ ਆਖੀ ਜਾਂਦੇ ਕਿ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਜੀ ਯੋਗੀ ਦਿੱਤਿਆਨਾਥ ਨੂੰ ਟਿੱਲੇ ਦਾ ਸਾਥ ਹੋਣਾ ਹੋਰ ਗੱਲ ਆ ਕਿ ਸੇ ਧਾਰਮਿਕ ਸਥਾਨ ਦਾ ਮੁਖੀ ਹੋਣਾ ਹੋਰ ਗੱਲ ਹੈ ਪਰ ਸਰਕਾਰ ਦੇ ਮੁਖੀ ਦੇ ਤੌਰ ਤੇ ਬੰਦਾ ਨਿਕਿਤ ਸਾਬਤ ਹੋਇਆ ਉਹਦਾ ਕਰਕੇ ਜਿਸ ਦਾ ਵਿਰੋਧ ਉੱਥੇ ਹੋ ਰਿਹਾ ਉਸ ਵਿਰੋਧ ਨੂੰ ਦੇਖਦਿਆਂ ਭਾਜਪਾ ਵੀ ਸ਼ਸ਼ੂ ਪੰਜ ਵਿੱਚ ਕੀ ਕਰੀਏ ਜੀ ਜੇ ਸਾਰਾ ਜਾਂਦਾ ਵੇਖੀਏ ਤੇ ਅੱਧਾ ਦੇਈਏ ਰੋਡ ਜਾਂ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਪੰਚਾਇਤ ਸਮਤੀਆਂ 'ਚ ਜਿੰਨੇ ਮਿੱਟੀਪਲੀਤ ਹੋਈ ਹੈ ਉੱਤਰ ਪ੍ਰਦੇਸ਼ ਉਤ ਤੋਂ ਬਾਅਦ ਭਾਜਪਾ ਸੋਚ ਵੀ ਨਹੀਂ ਸਕਦੀ ਕਿ ਉਸ ਬੰਦੇ ਨੂੰ ਅੱਗੇ ਲਾ ਕੇ ਅਗੀਆਂ ਚੋਣਾਂ ਲੜੀਆਂ ਜਾਣ ਜੇ ਆਸਪਟਾ ਦੇ ਉੱਤੇ ਮੁਖੀ ਬਦਲਦੇ ਆ ਤੇ ਫਿਰ ਵੀ ਨੁਕਸਾਨ ਹੁੰਦਾ ਜੀ ਉਹਦਾ ਇੱਕੋ ਤਰੀਕਾ ਕਿ ਚੋਣਾ ਵੇਲੇ ਤੋਂ ਪਹਿਲਾਂ ਕਰਵਾ ਲੀਆਂ ਜਾਣ ਜੇ ਚੋਣਾ ਵੇਲੇ ਤੋਂ ਪਹਿਲਾਂ ਕਰਵਾਉਣ ਲੱਗੇ ਅੱਜ ਜਿਹੜਾ ਥੱਲੇ ਥੱਲੇ ਕੰਮ ਹੁੰਦਾ ਪਿਆ ਹੂੰ ਹੂੰ ਆਰਐਸਐਸ ਦੇ ਤੇ ਭਾਜਪਾ ਦੇ ਵਰਕਰ ਪੰਜਾਬ 'ਚ ਕਰਦੇ ਪਿਆ ਜੀ ਜੇ ਕੋਈ ਆਜਿਰਵਾਦਿਕ ਦੀ ਦਵਾਈ ਵੀ ਬਣੀ ਤੇ ਭਾਰਤ ਸਰਕਾਰ ਨੇ ਬਣਾਈ ਤੇ ਥੱਲੇ ਥੱਲੇ ਆਪਣੀਆਂ ਸੰਸਥਾਵਾਂ ਦੇ ਰਾਹੀਂ ਲੋਕਾਂ ਵਿੱਚ ਵੰਡਵਾਈ ਜਾ ਰਹੀ ਹੈ ਤੇ ਵੰਡਣ ਦਾ ਕੰਮ ਐਵੇਂ ਤਾਂ ਨਹੀਂ ਪੁਨਰਰਥੀਤਾ ਨਹੀਂ ਹੋ ਰਿਹਾ ਜੀ ਇਹਦੇ ਪਿੱਛੇ ਕੋਈ ਖੇਡ ਚੱਲਦੀ ਪਈ ਹੋ ਸਕਦੀ ਹੈ ਆ ਪਿਛਲੇ 5-6 ਦਿਨਾਂ ਤੋਂ ਜਿਹੜੀਆਂ ਰਿਪੋਰਟਾਂ ਆਉਂਦੀਆਂ ਕਿ ਕੇਂਦਰ ਤੋਂ ਆਏ ਭਾਜਪਾ ਦੇ ਲੀਡਰ ਨਾਰਾਜ ਕਾਂਗਰਸੀਆਂ ਨੇ ਵੀ ਮਿਲਦੇ ਨਾਰਾਜ ਅਕਾਲੀ ਜਿਹੜੇ ਮੂੰਹ ਨਹੀਂ ਬੋਲਦੇ ਕਿ ਸੁਖਬੀਰ ਤੋਂ ਨੂੰ ਪਤਾ ਨਹੀਂ ਲੱਗ ਜਵੇ ਉਹਨਾਂ ਨੂੰ ਵੀ ਮਿਲਦੇ ਪਏ ਜੀ ਤੇ ਬਾਕੀਆਂ ਨੂੰ ਵੀ ਮਿਲਦੇ ਪਏ ਉਹਦੇ ਵਿੱਚੋਂ ਨਾ ਦੋ ਤਿੰਨ ਸਿੱਖ ਚਿਹਰੇ ਵੀ ਫਿੱਟ ਕੀਤੇ ਆ ਜਿਹੜੇ ਇਹੋ ਕੰਮ ਕਰਦੇ ਪਏ ਆ ਤੇ ਜੇ ਉਹਨਾਂ ਨੂੰ ਵੇਖੀਏ ਤੇ ਮੀਟੀਆਂ ਹੁੰਦਾਂ ਵੇਖੀਏ ਤੇ ਕਾਂਗਰਸ ਦਾ ਘਾਟੋ ਕਲੇਸ਼ ਵੇਖੀਏ ਜਿਸ ਤਰ੍ਹਾਂ ਉਹ ਖੱਪਖੰਨਾ ਪਿਆ ਫਿਰਦਾ ਤੇ ਫਿਰ ਕਦੇ-ਕਦੇ ਮਰਨ ਨੂੰ ਜੀ ਕਰਦਾ ਕਿ ਚੰਡੀਗੜ੍ਹ ਤੇ ਪੰਜਾਬ ਸਰਕਾਰ ਦੇ ਸੈਕਟਰੀਟ ਦੇ ਵਿੱਚ ਜਿਹੜੀ ਚਰਚਾ ਚੱਲਦੀ ਪਈ ਆ ਐਵੇਂ ਨਹੀਂ ਕਿ ਹੋ ਸਕਦਾ ਜੇ ਤੁਹਾਂ ਨਿਕਲ ਗਿਆ ਤਾਂ ਥੱਲੇ ਚਿੰਗਾੜੀ ਵੀ ਕਿਤਨਾ ਕਿਦਿਓ ਬਈ ਬਾਤ ਨਿਕਲੀਏ ਤੋਂ ਦੂਰ ਤਲਕ ਜਾਏਗੀ ਪੰਨ ਸਾਹਿਬ ਇੱਕ ਪੱਤਰਕਾਰ ਨੇ ਬੇਨੋਦ ਦੁਆ ਅਦਾਲਤ ਨੇ ਉਹਨਾਂ ਨੂੰ ਹੁਣ ਬਰੀ ਕਰ ਦਿੱਤਾ ਇੱਕ ਮੁਕਦਮਾ ਵੀ ਦਰਜ ਕੀਤਾ ਗਿਆ ਸੀਗਾ ਉਹ ਮੁਕਦਮੇ ਦਾ ਕੀ ਬਣਿਆ ਉਹ ਵੀ ਰੱਦ ਕਰ ਦਿੱਤਾ ਮੁਕਦਮਾ ਤੇ ਗਿਆ ਉਸ ਮੁਕਦਮੇ ਚ ਦੇਸ਼ ਧਰੋਹ ਦਾ ਕੇਸ ਬਣਾਇਆ ਗਿਆ ਸੀ ਜੀ ਕਿਉਂ ਜੀ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਿਆ ਹੂੰ ਇਦਾਂ ਦੇ ਕੇਸ ਤੇ ਹਜ਼ਾਰਾਂ ਦੀ ਗਿਣਤੀ ਚ ਬਣਾਏ ਜਾਂਦੇ ਕੋਈ ਸਾਬਤ ਵੀ ਹੁਣ ਤੱਕ ਹੋਇਆ ਸਾਬਤ ਨਹੀਂ ਹੁੰਦੇ ਇਹ ਜਿਸ ਤਰ੍ਹਾਂ ਕੇਸ ਬਣਾਏ ਜਾਂਦੇ ਨਿੱਕੀ ਨਿੱਕੀ ਗੱਲ ਦੇ ਉੱਤੇ ਦੇਸ਼ ਧਰੋਹ ਦਾ ਜੀ ਪ੍ਰਧਾਨ ਮੰਤਰੀ ਦੇ ਖਿਲਾਫ ਬੋਲੇ ਦੇਸ਼ ਧਰੋ ਜਿਹੜਾ ਉਹਦਾ ਕੇਸ ਪੜਾ ਦਿਓ ਵੀ ਤੁਹਾਡਾ ਪ੍ਰਧਾਨ ਮੰਤਰੀ ਰੋਜ਼ ਛੱਤੀਆਂ ਦੇ ਖਿਲਾਫ ਬੋਲਦਾ ਤੇ ਛਿਆਂ ਨੂੰ ਵੀ ਹੱਕ ਨਹੀਂ ਗਾ ਕਿ ਤੁਹਾਡੇ ਪ੍ਰਧਾਨ ਮੰਤਰੀ ਖਿਲਾਫ ਬੋਲੇ ਹੂੰ ਜੀ ਤੇ ਇਹਨਾਂ ਗੱਲਾਂ ਤੇ ਲੈਣਾ ਮੈਂ ਤਾਂ ਕਈ ਵਾਰੀ ਪ੍ਰਧਾਨ ਮੰਤਰੀ ਖਿਲਾਫ ਬੋਲਿਆ ਮੈਨੂੰ ਤੇ ਅੱਜ ਤੱਕ ਇਹ ਵੀ ਸ਼ੱਕ ਹੈ ਕਿ ਇਹਨੇ ਬਚਪਨ ਚ ਗੱਡੀ ਦੇ ਉੱਤੇ ਚਾਹ ਵੇਚੀ ਹੈ ਰੇਲਵੇ ਸਟੇਸ਼ਨ ਤੇ ਕਿਉਂਕਿ ਖਬਰਾਂ ਹੀ ਆਉਂਦੀਆਂ ਕਿ ਸਾਡਾ ਪ੍ਰਧਾਨ ਮੰਤਰੀ ਜਿਹੜੇ ਰੇਲਵੇ ਸਟੇਸ਼ਨ ਦਾ ਨਾਲ ਲਿੰਦਾ ਕਿ ਉੱਥੇ ਇਹਨੇ ਚਾਹ ਵੇਚੀ ਜੀ ਉਹ ਰੇਲਵੇ ਸਟੇਸ਼ਨ ਹੋਣਾਗਾ ਇਹਦੀ ਬਚਪਨ ਬੜੀ ਬਚਪਨ ਬੜੀ ਰੇਲਵੇ ਸਟੇਸ਼ਨ ਐ ਨੀ ਸੀ ਹੂੰ ਦਿਓ ਸਟੇਸ਼ਨ ਤੇ ਚੱਕ ਤਾਂ ਵਿਚਲੀ ਸੀ ਇਸ ਪ੍ਰਧਾਨ ਮੰਤਰੀ ਨੇ ਬੜੀ ਵਾਰੀ ਇਦਾਂ ਦੀਆਂ ਗੱਲਾਂ ਕਹੀਆਂ ਜਿਹਦਾ ਕੋਈ ਬੇਸ ਨਹੀਂ ਇਸ ਪ੍ਰਧਾਨ ਮੰਤਰੀ ਨੇ ਬਿਹਾਰ ਚ ਜਾ ਕੇ ਕਿਹਾ ਸੀ ਤੁਸੀਂ ਬਿਹਾਰ ਦੇ ਲੋਕ ਬੜੇ ਬਹਾਦਰ ਹੈ ਤੁਸੀਂ ਤੇ ਸਕੰਦਰ ਬਾਦਸ਼ਾਹ ਨੂੰ ਕੁੱਟ ਕੇ ਘਲਤਾ ਸੀ ਜੀ ਇਹਨੂੰ ਇਹ ਹੀ ਨਹੀਂ ਪਤਾ ਕਿ ਸਕੰਦਰ ਬਾਦਸ਼ਾਹ ਤਾਂ ਪੰਜਾਬੀਆਂ ਨੇ ਬਿਆਸ ਨਹੀਂ ਢੱਪਣ ਦਿੱਤਾ ਸਤਲੁਜ ਵੀ ਪਰੇ ਦੂਰ ਆ ਜੀ ਆ ਵੈਰੂਆੜ ਵਾਲੇ ਖੱਡਿਆਂ ਤੋਂ ਇੱਥੋਂ ਦਰਿਆ ਤੋਂ ਉਹਨੂੰ ਕੁੱਟ ਕੇ ਪਿੱਛੇ ਮੋੜਦਾ ਸੀ ਇਹ ਤਾਂ ਕਈ ਕਿਸਮ ਦੀ ਏਦਾਂ ਦੀਆਂ ਗੱਲਾਂ ਕਰੀ ਜਾਂਦਾ ਸਾਡਾ ਪ੍ਰਧਾਨ ਮੰਤਰੀ ਲੋਕਾਂ ਨਾਲ ਲਾਰੇ ਲਾਉਂਦਾ ਤੇ ਭਲਾਉਂਦਾ 15-15 ਲੱਖ ਦਾ ਲਾਰਾ ਲਾ ਕੇ ਭੁਲਾਇਆ ਅਈਓ ਦੀ ਨੁਕਤਾਚੀਨੀ ਨਾ ਕਰੀਏ ਦੇਖਦੇ ਹਾਂ ਤਾਂ ਕੇਸ ਬਣ ਜੂਗਾ ਇਹਨੇ ਆਖਿਆ ਸੀ ਕਿ ਮੈਂ ਪਾਰਲੀਮੈਂਟ ਮੈਂਬਰਾਂ ਵਿਧਾਇਕਾਂ ਦੇ ਉੱਤੇ ਕੇਸ ਚਲਦੇ ਜਿਹੜੇ ਆ 1 ਸਾਲ ਦੇ ਅੰਦਰ ਅੰਦਰ ਖਾਜ ਕਰਾਉਂਗਾ ਜੀ ਸਪੈਸ਼ਲ ਅਦਾਲਤਾਂ ਬਣਾ ਕੇ ਸਪੈਸ਼ਲ ਅਦਾਲਤਾਂ ਜੀ ਸਤ ਸਾਲ ਹੋ ਗਿਆ ਅਜੇ ਤੱਕ ਤੇਰੀ ਸਪੈਸ਼ਲ ਅਦਾਲਤਾਂ ਨਹੀਂ ਬਣੀਆਂ ਕੇਸ ਤੇ ਖਰਚ ਕਰਨੇ ਇੱਕ ਪਾਸੇ ਰਹਿ ਜੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਫੋਕਾ ਲਾਰਾ ਲਾਇਆ ਸੀ ਅੱਜਕੱਲ ਉਹਦੀ ਗੱਲ ਕਰਨੋਂ हट ਗਿਆ ਤੇ ਅਸੀਂ ਨਾ ਕਰੀਏ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਾਂਗਰਸ ਦੇ ਰਾਜ ਚ ਫਰਾਡ ਹੁੰਦੇ ਆ ਮੈਂ ਬੈਂਕਾਂ ਚ ਫਰਾਡ ਨੂੰ ਰੋਕ ਦੂੰ ਇਹਦੀ ਆਪਣੇ ਰਾਜ ਦੇ ਵਿੱਚ 2018-19 ਦੇ ਵਿੱਚ 31 41000 ਕਰੋੜ ਦੇ ਫਰਾਡ ਹੋ ਗਏ ਬੈਂਕਾਂ ਚ 41000 ਕਰੋੜ ਰੁਪਏ ਦੇ ਜੀ ਅਗਲਾ ਸਾਲ ਆ 2019 ਵੀ ਉਹ ਵੱਧ ਕੇ 17000 ਕਰੋੜ ਤੋਂ ਚਲੇ ਕੇ ਟੱਪ ਗਏ ਜਦੋਂ ਅਗਲਾ ਸਾਲ ਆ 2020 ਕੀ ਜਿਹਦੇ ਵਿੱਚ ਆ ਕਰੋਨਾ ਵਾਇਰਸ ਦਾ ਸਾਰਾ ਰੌਲਾ ਸੀ ਇਹ ਚ ਬਾਕੀ ਸਾਰੇ ਕਾਰੋਬਾਰ ਠੱਪ ਸੀ ਪਰ ਬੈਂਕਾਂ ਨਾਲ ਠੱਗੀ ਦਾ ਕਾਰੋਬਾਰ ਚੱਲਦਾ ਰਿਹਾ ਪਹਿਲੇ ਸਾਲ ਚ 40000 ਕਰੋੜ ਅਗਲੇ ਚ 70000 ਕਰੋੜ ਤੇ ਉਦੋਂ ਅਗਲੇ ਸਾਲ ਦੇ ਵਿੱਚ ਜਦੋਂ ਕਰੋਨਾ ਨੇ ਸਾਰੇ ਕੰਮ ਬੰਦ ਕਰਾਇ ਸੀ ਉਦੋਂ 185000 ਕਰੋੜ ਰੁਪਏ ਦੇ ਫਰਾਡ ਹੋ ਗਿਆ ਜੀ ਸਾਰੇ ਅਕਾਦਮੀ ਇਸ ਪ੍ਰਧਾਨ ਮੰਤਰੀ ਨੇ ਡੋਬ ਦਿੱਤੀ ਐ ਤੇ ਅਸੀਂ ਦੀ ਨੁਕਤਾ ਚ ਨਹੀਂ ਕਰੀ ਇਹ ਤਾਂ ਦੇਸ਼ਦੋ ਦਾ ਕੇਸ ਬਣ ਜਾਏਗਾ ਹਮ ਅਸੀਂ ਅੱਜ ਤੱਕ ਇਹਦੀਆਂ ਕਈਆਂ ਗੱਲਾਂ ਤੇ ਨੁਕਤਾ ਚ ਨਹੀਂ ਕੀਤੀ ਐ ਤੇ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਸਾਨੂੰ ਹੱਕ ਦਿੰਦੀ ਐ ਇਹ ਆਪ ਕਿੰਨਿਆਂ ਦੇ ਖਿਲਾਫ ਬੋਲਦਾ ਜੀ ਔਰਤ ਜਾਤ ਬਾਰੇ ਥੋੜਾ ਇੱਜ਼ਤ ਨਾਲ ਬੋਲਣਾ ਚਾਹੀਦਾ ਇਹਨੇ ਜਾ ਕੇ ਜਿਹੜੇ ਪੱਛਮੀ ਮਗਾਹ ਚ ਗਾਣੇ ਗਾਏ ਦੀਦੀ ਉਹ ਦੀਦੀ ਉਹ ਪ੍ਰਧਾਨ ਮੰਤਰੀ ਦਾ ਕੰਮ ਐ ਅਸੀਂ ਇਹਦੀ ਨੁਕਤਾ ਚ ਨਹੀਂ ਕੀਤੀ ਐ ਮੈਂ ਤਾਂ ਫੇਰ ਕਰੂੰਗਾ ਕੀ ਕੀਤਾ ਜਾਊਗਾ ਤੇ ਦੇਸ਼ਦੋ ਦਾ ਕੇਸ ਬਣ ਜਾਏਗਾ ਇਹ ਦੇਤਰੋ ਨਹੀਂ ਬਣਦਾ ਇਹਨੇ 2014 ਚ ਪ੍ਰਧਾਨ ਮੰਤਰੀ ਬਣ ਲਗੇ ਆਖਿਆ ਸੀ ਜੇ ਮੈਂ ਜਿੱਤ ਗਿਆ ਤੇ ਪਾਕਿਸਤਾਨ ਚ ਰਾਤ ਨੂੰ ਦੀਵੇ ਬੁੱਝ ਜਾਣਗੇ ਦੀਵੇ ਤੇ ਉਥੇ ਕੋਈ ਨਹੀਂ ਬੁਝੇ ਉਲਟਾ ਹੋਇਆ ਇਹ ਕਿ ਇਹਨੇ ਜਿੱਤਦੇ ਸਾਰ ਸਭ ਤੋਂ ਪਹਿਲਾਂ ਚੁੱਲ੍ਹੇ ਨਿਉਂਦਾ ਭੇਜਿਆ ਸੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਕਿ ਮੈਂ ਸੌ ਚੁੱਕਣ ਲੱਗਾ ਤੇ ਇਹੋ ਜੇ ਮੌਕੇ ਸਰੀਕਾ ਭਾਈ ਜਰਾ ਚੰਗਾ ਹੁੰਦਾ ਤੂੰ ਜ਼ਰੂਰ ਆਵੀਂ ਕਿਉਂ ਆਪਣੀ ਧੀ ਨੂੰ ਨਾਲ ਲੈ ਕੇ ਇੱਥੇ ਆ ਗਿਆ ਤੇ ਜਦੋਂ ਉਹ ਇੱਥੇ ਆ ਗਿਆ ਤੇ ਉਹ ਆਪੋ ਵਿੱਚ ਜਿਹੜੇ ਫਿਰ ਸ਼ਾਲ ਤੇ ਚਾਦਰਾਂ ਬਟਾਇਆ ਗਏ ਜਿਹੜੇ ਗਿਫਟ ਬਟਾਇਆ ਗਏ ਜੀ ਫਿਰ ਉਹ 83 ਰੂਸ ਤੋਂ ਪਹੁੰਚਿਆ ਕਾਬਲ ਮੁੜਦਾ ਸੀ ਦਿੱਲੀ ਨੂੰ ਰਾਹ ਦੇ ਵਿੱਚ ਆਪਣਾ ਜਹਾਜ਼ ਅਚਾਨਕ ਲਾਹੌਰ ਤਰ ਕੇ ਉਹ ਰਾਜ ਫੋਨ ਕਰਤਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਤੇ ਰਾਜ ਦਾ ਬਰਥਡੇ ਆ ਬਈ ਵਧਾਈ ਹੋਵੇ ਜੀ ਤੇ ਉਹ ਕਹਿੰਦਾ ਆਜੋ ਇਦੋਂ ਲੰਘਦੇ ਪਿਆ ਕਿਥੇ ਲੈ ਆਈ ਨਾ ਤੇ ਲਾਹੌਰ ਤੇ ਜਹਾਜ਼ ਉਤਰਿਆ ਉਥੋਂ ਕਾਰ ਫੜੀ ਉਦੇ ਘਰ ਚ ਲਾ ਗਿਆ ਉਹਦੀ ਪੋਤੀ ਦਾ ਵਿਆਹ ਹੋਣ ਰਿਹਾ ਸੀ ਵਿਆਹ ਦਾ ਸਗਨ ਪਾਇਆ ਨਾਲੀ ਉਹਦੇ ਬੇਬੇ ਨੂੰ ਮਿਲਿਆ ਜਿਹੜਾ ਬੰਦਾ ਇਹ ਕਹੇ ਕਿ ਪ੍ਰਧਾਨ ਮੰਤਰੀ ਬਣਿਆ ਸੀ ਕਿ ਮੈਂ ਪ੍ਰਧਾਨ ਮੰਤਰੀ ਬਣ ਗਿਆ ਤੇ ਪਾਕਿਸਤਾਨ ਦੇ ਦੀਵੇ ਬੁਝਾ ਦੂੰ ਜੀ ਜੇ ਅਣ ਐਲਾਨੇ ਪ੍ਰੋਗਰਾਮ ਦੇ ਵਿੱਚ ਉੱਥੇ ਜਾਜ ਉਤਾਰ ਕੇ ਉਹਨਾਂ ਦੇ ਪ੍ਰਧਾਨ ਮੰਤਰੀ ਨੂੰ ਮੈਂ ਚਲਾ ਗਿਆ ਇਹ ਨੁਕਤਾ ਜਿੰਨਾ ਕਰੀ ਪਠਾਨਕੋਟ ਤੇ 에ਅਰ ਬੇਸ ਤੇ ਹਮਲਾ ਹੋ ਗਿਆ ਕਿੰਨੀ ਲੜਾਈ ਲੜਦੇ ਸਾਡੇ ਕਿੰਨੇ ਬੰਦੇ ਮਰ ਗਏ ਤੇ ਫਿਰ ਇਹ ਹ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਦੀ ਆਪਣੀਆਂ ਏਜੰਸੀਆਂ ਤੋਂ ਜਾਂਚ ਨਹੀਂ ਕਰਾਈ ਜੀ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਜਾਂਚ ਕਰਨ ਦਾ ਮੌਕਾ ਦਿੱਤਾ ਗਿਆ ਉਹਨਾਂ ਆਪਣੀ ਟੀਮ ਦੇ ਵਿੱਚ ਪੁਲਿਸ ਵਾਲੇ ਨਹੀਂ ਭੇਜੇ ਮਿਲਟਰੀ ਇੰਟੈਲੀਜੈਂਸ ਵਾਲੇ ਭੇਜੇ ਤੇ ਜਿਹੜੀ ਖੁਫੀਆ ਏਜੰਸੀ ਆਈਐਸਆਈ ਨੂੰ ਅਸੀਂ ਰੋਜ਼ ਪੰਡਦੇ ਹਾਂ ਹੂੰ ਉਹਦਾ ਮੇਜਰ ਜਨਰਲ ਵੀ ਨਾਲ ਆਇਆ ਜੀ ਤੇ ਸਾਡੇ ਉਸ ਪਠਾਨਕੋਟ 에ਅਰ ਫੋਰਸ ਸਟੇਸ਼ਨ ਦੇ ਵਿੱਚੋਂ ਗਿੜਾ ਮਾਰ ਕੇ ਗਿਆ ਜਿਹਦੇ ਵਾਸਤੇ ਪਤਾ ਨਹੀਂ ਉਹਨਾਂ ਕਿੰਨੇ ਜਸੂਸ ਲਾਏ ਹੋਣਗੇ ਅਸੀਂ ਆਪ ਹੀ ਆਖ ਤੱਕ ਆਜੋ ਵੇਖ ਜੋ ਕਿਸੇ ਨੂੰ ਤਾਂ ਜਿੰਨਾ ਕਹੀ ਇਹਦੇ ਬੜੀ ਵੱਡੀ ਨੁਕਤਾਚਿੰਨ ਕੀਤੀ ਹੋਣੀ ਹੈ ਕਰਕੇ ਵਿਨੋ ਦੋਆ ਦੇ ਨੁਕਤੇ ਚ ਨਹੀਂ ਹੋਈ ਉਹਨੇ ਨੋਟਬੰਦੀ ਤੇ ਵੀ ਨੁਕਤੇ ਚ ਨਹੀਂ ਕੀਤੀ ਸੀ ਸਰਕਾਰ ਦੀ ਉਹਨੇ ਜੀਐਸਟੀ ਤੇ ਵੀ ਕੀਤੀ ਉਹਨੇ ਕਈ ਮਾਮਲੇ ਆ ਤਾਂ ਕੀਤੀ ਸੀ ਵੀ ਪੱਤਰਕਾਰ ਹੈ ਸਾਨੂੰ ਜਿਹੜੀ ਗਲਤ ਲੱਗਦੀ ਹੈ ਕਰਾਂਗੇ ਤੇ ਜੇ ਕੀਤੀ ਜਾਂਦੀ ਉਹ ਤੇ ਦੇਸ਼ ਧਰੋਹ ਦਾ ਕੇਸ ਬਣਾ ਦਿਓ ਕੀ ਗਲਤ ਹੈ ਸੁਪਰੀਮ ਕੋਰਟ ਨੇ ਅੱਖਰ ਕਿ ਪੱਤਰਕਾਰਾਂ ਨੂੰ ਇਸ ਕਿਸਮ ਦਾ ਪ੍ਰੋਟੈਕਸ਼ਨ ਦਾ ਰਾਈਟ ਚਾਹੀਦਾ ਉਹਨਾਂ ਦੇ ਉੱਤੇ ਕੋਈ ਇਹ ਉਹਨਾਂ ਦਾ ਸੁਰੱਖਿਆ ਦਾ ਕਵਚ ਚਾਹੀਦਾ ਕਿ ਉਹਨਾਂ ਉੱਤੇ ਦੇਸ਼ ਧਰੋਹ ਦਾ ਕੇਸ ਨਾ ਬਣਾਇਆ ਜਾ ਜੀ ਇਹਨਾਂ ਨੇ ਕੇਸ ਬਣਾ ਕੇ ਗਲਤ ਕੀਤਾ ਸੀ ਅੱਗੇ ਤੋਂ ਵੀ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਪੱਤਰਕਾਰਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਇਸ ਤਰ੍ਹਾਂ ਨਹੀਂ ਬਣਾਏ ਜਾ ਸਕਦੇ ਜਿਸ ਤਰ੍ਹਾਂ ਪਾਕਿਸਤਾਨ ਝੜਾ ਚੱਪੜ ਬਣਾਏ ਜਾਦੇ ਆ ਪਾਕਿਸਤਾਨ ਜਿਹੜਾ ਉਹ ਹੋਰ ਤਰ੍ਹਾਂ ਦੀ ਸਟੇਟ ਹੈ ਹੋਰ ਤਰ੍ਹਾਂ ਦਾ ਦੇਸ਼ ਹੈ ਅਸੀਂ ਹੋਰ ਤਰ੍ਹਾਂ ਦੇ ਆ ਇੱਥੇ ਉਹ ਫਾਰਮੂਲੇ ਲਾਗੂ ਕਰਨ ਦਾ ਯਤਨ ਕਰਨਾ ਗਲਤ ਹੈ ਇਹ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਪਰ ਸਭ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਕਿ ਸਰਕਾਰਾਂ ਦਾਅਵੇ ਕਰਦੇ ਆ ਕਿ ਆਰਥਿਕ ਵਿਕਾਸ ਚੰਗੀ ਤਰ੍ਹਾਂ ਹੋ ਰਿਹਾ ਹੈ ਦੇਸ਼ ਵਿਕਾਸ ਕਰ ਰਿਹਾ ਹੈ ਪਰ ਦੂਸਰੇ ਪਾਸੇ ਜਿਹੜੀ ਰੇਟਿੰਗ ਕੀਤੀ ਗਈ ਹੈ ਨੀਤੀ ਆਯੋਗ ਵੱਲੋਂ ਉਹਦੇ ਵਿੱਚ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਰੇਟਿੰਗ ਵਿੱਚ ਸੂਬਿਆਂ ਦਾ ਕੀ ਹਾਲ ਆ ਫਿਰ ਰੇਟਿੰਗ ਦੇ ਵਿੱਚ ਸੂਬਿਆਂ ਚੋਂ ਸਭ ਤੋਂ ਉੱਪਰ ਤਰੱਕੀ ਦੇ ਪੱਖੋਂ ਆਇਆ ਕੇਰਲਾ ਲੋਕੀ ਪੁੱਛਦੇ ਕੇਰਲਾ ਕਿਉਂ ਆ ਗਿਆ ਤੇ ਗੁਜਰਾਤ ਉਹਦੇ ਨੇੜੇ ਤੜੇ ਵੀ ਕਿਉਂ ਨਹੀਂ ਬਹੁਤ ਥੱਲੇ ਕਿਉਂ ਡਿੱਗ ਪਿਆ ਜੀ ਉਹ ਤਾਂ ਲੋਕੀ ਮਜ਼ਾਕ ਕਰਦੇ ਪਏ ਸੋਸ਼ਲ ਮੀਡੀਆ ਤੇ ਕਹਿੰਦੇ ਕੇਰਲਾ ਇਸ ਕਰਕੇ ਪਹਿਲੇ ਨੰਬਰ ਤੇ ਆ ਗਿਆ ਉਹਨੇ ਭਾਜਪਾ ਨੂੰ ਇੱਕ ਨਹੀਂ ਸੀਟ ਜਿੱਤਣ ਦੀ ਵੋਟਾਂ ਨਹੀਂ ਪਾਈਆਂ ਜੀ ਜਿਹੜੇ ਨਹੀਂ ਤਾਂ ਵੋਟਾਂ ਨਹੀਂ ਪਾਈਆਂ ਜਿਹਨਾਂ ਦੇ ਵਸ ਦੀ ਗੱਲ ਹੁੰਦੀ ਤਾਂ ਸਭ ਤੋਂ ਥੱਲੇ ਉਹਦਾ ਨਾਮ ਲਿਖਦੇ ਬਿਲਕੁਲ ਪਰ ਸਚਾਈ ਇਹ ਨਹੀਂ ਕੋੜੀ ਕਿ ਇਹਨਾਂ ਨੇ ਮੰਨਣੀ ਪਈ ਉੱਥੇ ਨੂੰ ਲਿਖਣਾ ਪਿਆ ਕਿ ਕੇਰਲ ਵਿੱਚ ਸਭ ਤੋਂ ਵਧੀਆ ਕੰਮ ਚੱਲਦਾ ਪਿਆ ਜੀ ਜਿਹੜੇ ਬਿਹਾਰ ਦੇ ਵਿੱਚ ਸਭ ਤੋਂ ਵੱਧ ਲੰਮਾ ਸਮਾਂ ਰਾਜ ਪੌਣੇ 15 ਸਾਲ ਰੁਕੇ ਰਾਜ ਕਰਦੇ ਆ ਨतीश ਕੁਮਾਰ ਨੂੰ ਉਹ ਸਭ ਤੋਂ ਥੱਲੇ ਆ ਹਮ ਯੋਗੀ ਦਿੱਤਿਆਨਾਥ ਸਭ ਤੋਂ ਥੱਲੇ ਆ ਉਹ ਤਾਂ ਬਿਹਾਰ ਤੋਂ ਥੋੜਾ ਉੱਪਰ ਹੈ। ਮੱਧ ਪ੍ਰਦੇਸ਼ ਦੇ ਵਿੱਚ 20 ਸਾਲ ਹੋ ਗਏ 25 ਸਾਲ 20 ਸਾਲ ਤੋਂ ਵੱਧ ਹੋ ਗਏ ਆ। ਉੱਥੇ ਉਹੀ ਰਾਜ ਚੱਲੀ ਜਾ ਰਿਹਾ ਭਾਜਪਾ ਦਾ ਹੀ। ਵਿੱਚ ਉਹ ਥੋੜਾ ਜਿਹਾ ਦਿਨ ਆਇਆ ਸੀ ਕਮਲ ਨਾਥ। ਉਹ ਬੰਦਾ ਵੀ ਲਾਇਕ ਨਹੀਂ ਸੀ। ਕਾਂਗਰਸੀਆਂ ਨੇ ਗਲਤੀ ਨਾਲ ਲਾ ਲਿਆ ਸੀ। ਜੀ। ਲੈ ਡੁੱਬਾ ਪਾਸੇ ਹੋ ਗਿਆ। ਪਰ ਰਾਜ ਤਾਂ ਇਹ ਨਾਲ ਚੱਲ ਰਿਆ ਨਾ। ਸਾਧੂ ਸੰਤ ਵੀ ਇਹਨਾਂ ਬਹੁਤ ਪਤਿਆਏ ਆ। ਪੂਜਾ ਪਾਠ ਵੀ ਬਹੁਤ ਕੀਤਾ। ਜੀ। ਤੇ ਉਹ ਬਿਮਾਰੂ ਸਟੇਟਾਂ ਜੋ ਸਭ ਤੋਂ ਥੱਲੇ ਜਾਣ ਰਹੀਆਂ ਆ। ਤੇ ਤਰੱਕੀ ਦੀ ਕੋਈ ਗਿਣਤੀ ਚੀ ਹੈ ਨਹੀਂ ਆਸਾਮ ਦੇ ਵਿੱਚ ਪਿਛਲੇ 5 ਸਾਲ ਰਾਜ ਇਹਨਾਂ ਚ ਲਾਇਆ ਉਹ ਸਭ ਤੋਂ ਹੇਠਾਂ ਕਿਉਂ ਜਾ ਡਿੱਗਾ ਇਹ ਦੱਸਣਾ ਚਾਹੀਦਾ ਪੰਜਾਬ ਤਾਂ ਫਿਰ ਵੀ ਉੱਪਰ 13ਵੇਂ ਨੰਬਰ ਤੇ ਆ ਹਰਿਆਣਾ ਜਿਹੜਾ ਇਹਨਾਂ ਦੇ ਕੋਲ ਆ ਉੱਥੇ ਲਗਾਤਾਰ ਦੋ ਵਾਰੀਆਂ ਹੋ ਗਈਆਂ ਨੇ ਮਨੋਰ ਲਾਲ ਖੱਟਰ ਤੇ ਇਹ ਰਾਜ ਕਰਦੇ ਪਏ ਨੇ ਉਹ ਪੰਜਾਬ ਤੋਂ ਵੀ ਥੱਲੇ ਕਿਉਂ ਫਿਰਦਾ 14ਵੇਂ ਨੰਬਰ ਤੇ ਕਿਉਂ ਜਿੱਥੇ ਇਹਨਾਂ ਦਾ ਰਾਜ ਆ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਨੂੰ ਵਸੀਲੇ ਦੇਣ ਚ ਕੋ ਘਾਟ ਤਾਂ ਨਹੀਂ ਛੱਡੀ ਹੋਣੀ ਜੀ ਆਪਣੇ ਬੰਦਿਆਂ ਨੂੰ ਲੋੜ ਤੋਂ ਵੱਧ ਫੰਡ ਦਿੱਤੇ ਆ ਲੋੜ ਤੋਂ ਵੱਧ ਸ਼ਾਬਾਸ਼ ਦਿੱਤੀ ਆ ਉਥੇ ਗਿਡੇ ਵੀ ਬਹੁਤ ਲਾਏ ਆ ਸਾਰਾ ਕੁਝ ਕਰਨ ਤੋਂ ਬਾਅਦ ਵੀ ਜਿਹੜਾ ਛਤੀਸਗੜ 15 ਸਾਲ ਇਹਨਾਂ ਦਾ ਲਗਾਤਾਰ ਉਥੇ ਰਾਜ ਰਿਆ ਹੁਣ 2-3 ਸਾਲਾਂ ਤੋਂ ਉਥੇ ਕਾਂਗਰਸ ਦਾ ਜੀ ਉਹੜੇ 15 ਸਾਲ ਲਗਾਤਾਰ ਉਥੇ ਰਾਜ ਰਿਆ ਉਹ ਬਿਮਾਰੂ ਸਟੇਟਾਂ ਦੇ ਵਿੱਚ ਕਿਉਂ ਦਾਖ ਲਿਆ ਪਰ ਭਾਜਪਾ ਨੂੰ ਦੱਸਣਾ ਚਾਹੀਦਾ ਕਿ ਨਾਮ ਬੜੇ ਦਰਸ਼ਨ ਛੋਟੇ ਕਿਉਂ ਆ ਤੁਸੀਂ ਗੱਲਾਂ ਬਹੁਤ ਕਰਦੇ ਆ ਅਮਲ ਵਿੱਚ ਉਹ ਕਿਉਂ ਕਿਉਂ ਨਹੀਂ ਲੱਭਦਾ ਇਹ ਭਾਜਪਾ ਨੂੰ ਦੱਸਣਾ ਚਾਹੀਦਾ ਜੀ ਪਰ ਸਾਹਿਬ ਵਿਕਾਸ ਨੂੰ ਕੀ ਕਰਨਾ ਹੈ ਕਹਿੰਦੇ ਚਲੋ ਬਿਆਨਬਾਜ਼ੀ ਤਾਂ ਬੰਦੇ ਉੱਪਰ ਆ ਹੀ ਰਿਹਾ ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ ਸੋ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ